ਸਸਿਕਲ ਦੋਸਤੋ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕਿ ਨਾ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਜਾਵੇ ਕਿਸਾਨੀ ਸੰਘਰ ਜਿਹੜਾ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਹੈ ਲਗਾਤਾਰ ਕਿਸਾਨ ਜਥੇਬੰਦੀਆਂ ਧਰਨਾ ਪ੍ਰਦਰਸ਼ਨ ਕਰ ਰያ ਨੇ ਲਗਾਤਾਰ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਪਰ ਜਿਹੜਾ ਸਿੱਟਾ ਅਜੇ ਤੱਕ ਕਿਸਾਨੀ ਦਾ ਜਿਹੜਾ ਮਾਮਲੇ ਨੂੰ ਲੈ ਕੇ ਕੋਈ ਵੀ ਜਿਹੜਾ ਨਹੀਂ ਨਿਕਲਿਆ ਲਗਾਤਾਰ ਜਿਹੜਾ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਆਵੇ ਜਿਹੜੇ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਪਏ ਨੇ ਜਿਹੜੇ ਸਾਥ ਦੇ ਰਹੇ ਨੇ ਉਹਨਾਂ ਨੂੰ ਜਿਹੜਾ ਲਗਾਤਾਰ ਨੋਟਿਸ ਆ ਰਹੇ ਨੇ ਸਾਡੇ ਨਾਲ ਬਲਜਿੰਦਰ ਸਿੰਘ ਪਰਮਾਨਾ ਜੀ ਮੌਜੂਦ ਨੇ ਉਹਨਾਂ ਨੂੰ ਜਿਹੜਾ ਨੋਟਿਸ ਆਇਆ ਗਲਤ ਕਰਦੇ ਆ ਵੀ ਉਹ ਨੋਟਿਸ ਦਾ ਜਿਹੜਾ ਜਵਾਬ ਆ ਕਿ ਉਹ ਪੇਸ਼ ਹੋਣਗੇ ਨੋਟਿਸ ਦੇ ਮਾਮਲੇ ਤੇ ਜਾਂ ਫਿਰ ਕੋਈ ਜਿਹੜਾ ਪੱਖਪਾਤ ਦੀ ਗੱਲ ਕੀਤੀ ਆਵੇ ਜਾਂ ਕੁਝ ਦਾ ਜਵਾਬ ਦੇਣਗੇ ਸਰ ਸਭ ਤੋਂ ਪਹਿਲਾਂ ਦੱਸੋ ਵੀ ਜਿਹੜਾ ਨੋਟਿਸ ਜਿਹੜਾ ਤੁਹਾਨੂੰ ਆਇਆ ਹੁਣ ਤੁਸੀਂ ਉਹਦਾ ਕੀ ਜਵਾਬ ਦੋਗੇ ਜਾਂ ਫਿਰ ਖੁਦ ਜਾ ਕੇ ਪੇਸ਼ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਜਿਹੜਾ ਨੋਟਿਸ ਆਉਣਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਹੈ ਉਹ ਖੜੀ ਕਰ ਜਾਂਦਾ ਵੀ ਇਸ ਸਮੇਂ ਸਰਕਾਰ ਜਿਹੜੀ ਉਹ ਬੁਖਲਾਹਟ ਵਿੱਚ ਆ ਚੁੱਕੀ ਹੈ ਸਰਕਾਰ ਜਿਹੜੀ ਆ ਘਬਰਾ ਚੁੱਕੀ ਹੈ ਕਿਉਂਕਿ ਸਿਆਣੇ ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਤੋ ਸ਼ਹਿਰ ਵੱਲ ਨੂੰ ਭੱਜਦਾ ਤੇ ਜਦੋਂ ਕਿਸੇ ਇੱਕ ਝੂਠ ਨੂੰ ਲੁਕਾਉਣਾ ਹੋਵੇ ਬੰਦੇ ਨੂੰ 100 ਝੂਠ ਬੋਲਣੇ ਪੈਂਦੇ ਨੇ ਤੇ ਬੰਦਾ ਇੱਕ ਗਲਤੀ ਨੂੰ ਲੁਕਾਉਣ ਵਾਸਤੇ 100 ਗਲਤੀਆਂ ਕਰ ਲੈਂਦਾ ਸੋ ਇਸੇ ਤਰ੍ਹਾਂ ਇਹ ਹੁਣ ਇਹ ਜਿਹੜਾ ਹੈ ਭਾਜਪਾ ਸਰਕਾਰ ਜਾਂ ਸਿੱਧਾ-ਸਿੱਧਾ ਕਹਿ ਲਈ ਵੀ ਮੋਦੀ ਸਰਕਾਰ ਜਿਹੜੀ ਹੈ ਇਸ ਸਮੇਂ ਆ ਉਹ ਗਲਤੀਆਂ ਤੇ ਗਲਤੀਆਂ ਕਰ ਰਹੀ ਹੈ ਕਿਉਂਕਿ ਇਸ ਸਮੇਂ ਜਿਸ ਕੇਸ ਤੇ ਸਬੰਧ ਵਿੱਚ ਸਾਨੂੰ ਸੰਮਣ ਆਏ ਨੇ ਸਭ ਤੋਂ ਪਹਿਲਾਂ ਤੇ ਦੁੱਖ ਇਸ ਗੱਲ ਦਾ ਵੀ ਜਦੋਂ ਸਾਡੇ ਦੇਸ਼ ਦੀ ਸੁਰੱਖਿਆ ਪ੍ਰਣਾਲੀ ਪਾਵੇਂ ਆਰਮੀ ਹੈ ਤੇ ਭਾਵੇਂ ਉਹ ਇਨਵੈਸਟੀਗੇਸ਼ਨ ਏਜੰਸੀਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਦੇਸ਼ ਦੀ ਇੱਕ ਪ੍ਰਮੁੱਖ ਏਜੰਸੀ ਹੈ ਜਿਹਨੂੰ ਜਿਹਦੇ ਤੇ ਮਤਲਬ ਬੜੀ ਇਮਾਨਦਾਰੀ ਨਾਲ ਜਿਹੜੇ ਲੋਕ ਉਹਨੂੰ ਵੇਖਦੇ ਨੇ ਤੇ ਵੇਖਿਆ ਜਾ ਸਕਦਾ ਪਰ ਇਸ ਸਮੇਂ NIA ਵੱਲੋਂ ਸਾਡੇ ਜਿਹੜੇ ਸਰਗਰਮ ਸਾਡੇ ਸਿੱਖ ਭਰਾ ਨੇ ਜਿਹੜੇ ਇਸ ਸਮੇਂ ਕਿਸਾਨੀ ਸੰਘਰਸ਼ ਵਿੱਚ ਕਿਉਂਕਿ ਮੈਂ ਵੀ ਪਿਛਲੇ ਡੇਢ ਮਿੰਟ ਤੋਂ ਬਦਾਮਾਂ ਦੀ ਸੇਵਾ ਡੀਜ਼ਲ ਦੀ ਸੇਵਾ ਦਵਾਈਆਂ ਦੀ ਸੇਵਾ ਗੱਦੇ ਕੰਬਲ ਤਰਪਾਲਾਂ ਦੀ ਸੇਵਾ ਸਾਬਣ ਤੇਲ ਸ਼ੈਂਪੂ ਮੈਡੀਕਲ ਸਾਰਾ ਕੁਝ ਸੇਵਾ ਜਿਹੜੀ ਹੈ ਸਾਡੀ ਟੀਮ ਨਭਾਰੀ ਹੈ ਤੇ ਦੂਜੇ ਵੀਰਾਂ ਨੂੰ ਵੀ ਭਾਈ ਜਸਬੀਰ ਸਿੰਘ ਜੀ ਰੋਡੇ ਹੋ ਗਏ ਰਣਜੀਤ ਸਿੰਘ ਜੀ ਪਰਮਜੀਤ ਸਿੰਘ ਅਕਾਲੀ ਸੋ ਇਹ ਸਾਰੇ ਉਹ ਵੀਰ ਨੇ ਜਿਹੜੇ ਇਸ ਸਮੇਂ ਕਿਸਾਨੀ ਸੰਘਰਸ਼ ਦੇ ਵਿੱਚ ਸਰਗਰਮ ਨੇ ਸੋ ਇਹ ਇਹ ਸੋਚਦੇ ਨੇ ਵੀ ਸ਼ਾਇਦ ਕਿਤੇ ਇਹਨਾਂ ਨੂੰ ਅਸੀਂ ਬੁਲਾ ਕੇ ਕਿਉਂਕਿ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਕਿਸਾਨ ਜਿੱਥੇ ਬੰਦਿਆਂ ਦਿੱਤਾ ਹੋਇਆ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਵੀ ਇੱਕ ਪਾਸੇ ਸਰਕਾਰ ਨੇ ਜਿਹੜੀ ਆ ਪਰੇਡ ਕੱਢਣੀ ਹੈ ਆਰਮੀ ਨੇ ਪਰੇਡ ਕੱਢਣੀ ਹੈ ਗਣਤੰਤਰ ਦਿਵਸ ਮਨਾਉਣਾ ਤੇ ਦੂਜੇ ਪਾਸੇ ਪੂਰੀ ਦੁਨੀਆ ਦੀ ਅੱਖ ਜਿਹੜੀ ਹੈ ਉੱਥੇ ਤੇ ਕੇਵਲ ਦਿੱਲੀ ਦੀ ਅੱਖ ਕਹਿ ਸਕਦੇ ਹਾਂ ਨਾ ਵਤੰਤਰ ਦਿਵਸ ਦੇ ਉੱਪਰ ਪਰ ਜੀ ਜੀ ਟਰੈਕਟਰ ਪਰੇਡ ਆ ਉਹਦੇ ਤੇ ਪੂਰੀ ਦੁਨੀਆ ਦੀ ਅੱਖ ਹੈ ਤੇ ਜਦੋਂ ਪੂਰੀ ਦੁਨੀਆ ਦੀ ਅੱਖ ਟਰੈਕਟਰ ਪਰੇਡ ਤੇ ਆ ਤੇ ਉਹਨਾਂ ਦੀ ਰੈਲੀ ਜਿਹੜੀ ਆ ਪਰੇਡ ਦਿਵਸ ਆ ਫਿੱਕਾ ਪੈ ਰਿਹਾ ਸੋ ਇਸ ਕਰਕੇ ਉਹਨਾਂ ਨੂੰ ਬਖਲਾਹਟ ਹੈ ਤੇ ਉਹ ਸਾਨੂੰ ਸੰਮਣ ਭੇਜ ਕੇ ਇਹ ਡਰਾਉਣਾ ਚਾਹੁੰਦੇ ਨੇ ਪਰ ਮੈਂ ਇੱਕ ਗੱਲ ਜਿਹੜੀ ਆ ਉਹ ਸਪਸ਼ਟ ਅੱਖਰਾਂ ਦੇ ਵਿੱਚ ਕਹਿ ਦਿੰਨਾ ਵੀ ਇਸ ਸਮੇਂ ਜਿਹੜਾ ਸੰਘਰਸ਼ ਆ ਉਹ ਸਿਖਰਾਂ ਤੇ ਆ ਭਾਵੇਂ ਸਾਨੂੰ ਕੋਈ ਫਾਂਸੀ ਤੇ ਵੀ ਡੰਗ ਦੇਵੇ ਭਾਵੇਂ ਸਾਡਾ ਕੋਈ ਟੋਟੇ ਟੋਟੇ ਵੀ ਕਰ ਦੇਵੇ ਤੇ ਤਾਂ ਵੀ ਇਸ ਵੇਲੇ ਸਾਨੂੰ ਕਿਸੇ ਕਿਸੇ ਕਿਸਮ ਦਾ ਸਾਡੇ ਮਾਨੇ ਚੱਕ ਪਰਸੈਂਟ ਵੀ ਕੋਈ ਡਰ ਨਹੀਂ ਕੋਈ ਭੈ ਨਹੀਂ ਅਸੀਂ ਤਾਂ ਆਪਣੇ ਘਰ ਵੀ ਕਹਿ ਦਿੱਤਾ ਅਸੀਂ ਐਨਏ ਨਹੀਂ ਦੇਖੋ ਜਦੋਂ ਐਨਏ ਦਾ ਕਿਸੇ ਨੂੰ ਸੰਬੰਧ ਹੁੰਦਾ ਬੜਾ ਵੱਡਾ ਕਬਰਾਹਟ ਹੋ ਜਾਂਦੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਜਿੰਨੇ ਵੀ ਲੋਕ ਆਏ ਨੇ ਕਬਰਾਹਟ ਵਿੱਚ ਕੋਈ ਨਹੀਂ ਹੈ ਉਹਨਾਂ ਨੇ ਤੇ ਆਪਣੇ ਆਪਣੇ ਘਰਾਂ 'ਚ ਝੜਾ ਕੇ ਰੱਖ ਦਿੱਤੇ ਨੇ ਆਪਣੇ ਬੱਚਿਆਂ ਨੂੰ ਦਿਖਾਉਣ ਵਾਸਤੇ ਵੀ ਆ ਇਸ ਸਮੇਂ ਦੀ ਹਕੂਮਤ ਨੇ ਆ ਸਾਡੇ ਨਾਲ ਜਿਹੜਾ ਤਾਨਾਸ਼ਾਹ ਰਵਈਆ ਪਣਾਇਆ ਇਹ ਹਕੂਮਤ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਜੋ ਸਾਡੇ ਆਉਣ ਵਾਲੇ ਬੱਚਿਆਂ ਦੇ ਰਗ ਰਗ ਦੇ ਵਿੱਚ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿਹੜਾ ਇਹ ਰਗ ਰਗ ਦੇ ਵਿੱਚ ਰਵੇ ਖਾਲਸਾ ਏਡ ਦੀ ਗੱਲ ਕੀਤੀ ਆਵੇਂ ਲਗਾਤਾਰ ਖਾਲਸਾ ਏਡੀ ਆ ਇਹ ਦੁਨੀਆ ਭਰ ਦੇ ਵਿੱਚ ਜਿਹੜੀ ਇਹ ਸੇਵਾ ਕਰ ਰਹੀ ਹੈ ਉਹਨਾਂ ਨੂੰ ਵੀ ਹਰ ਸਨਮਾਨ ਜਾਰੀ ਹੋਏ ਨੇ ਕਹਿੰਦੇ ਖਾਲਿਸਤਾਨੀ ਗਤੀਵਿਧੀਆਂ ਕਰ ਰਹੇ ਨੇ ਕੀ ਲੰਗਰ ਰਗਾਣਾ ਖਾਲਿਸਤਾਨੀ ਗਤੀਵਿਧੀਆਂ ਦੇ ਦੇਖੋ ਇਹ ਗੋਦੀ ਮੀਡੀਆ ਦੀ ਦੇਣ ਹੈ 982 ਵਿੱਚ ਜਦੋਂ ਸੰਗਿਆਨੀ ਜਰਨਲਿਸਟ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਪੰਜਾਬ ਦੇ ਹੱਕਾਂ ਵਾਸਤੇ ਤਾਂ ਦੈਟ ਵਾਸ ਅ ਪੋਲੀਟੀਕਲ ਮੂਵਮੈਂਟ ਬਟ ਉਸ ਸਮੇਂ ਜਿਹੜਾ ਨੈਸ਼ਨਲ ਮੀਡੀਆ ਸੀ ਦੈਟ ਵਾਸ ਅ ਗਵਰਨਮੈਂਟ ਮੀਡੀਆ ਤੇ ਉਹ ਗਵਰਨਮੈਂਟ ਮੀਡੀਆ ਨੇ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਵੀ ਉਸ ਮੂਵਮੈਂਟ ਨੂੰ ਇੱਕ ਰਿਲੀਜੀਅਸ ਮੂਵਮੈਂਟ ਬਣਾ ਕੇ ਖਾਲਿਸਤਾਨ ਦੇ ਨਾਂ ਹਿੱਟ ਕਰਕੇ ਉਹਨੂੰ ਬਦਨਾਮ ਕਰ ਦਿੱਤਾ ਗਿਆ ਤੇ ਅੱਜ ਵੀ ਜਦੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਪਹਿਲਾਂ ਤੇ ਇਹਨਾਂ ਨੇ ਵੀਡੀਓ ਦਿਖਾਈਆਂ ਨਹੀਂ ਪਰ ਜਦੋਂ ਧੌਣ ਤੇ ਗੋਡਾ ਇਹਨਾਂ ਦੇ ਜਾ ਤੜਿਆ ਫਿਰ ਇਹਨਾਂ ਨੇ ਖਾਲਸਤਾਨ ਦੀਆਂ ਮੋਹਰਾਂ ਲਾ ਲਾ ਕੇ ਇਸ ਸੰਘਰਸ਼ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਤਨਵਾਦ ਕਰਦਾ ਵੀ ਜਦੋਂ ਇਹ ਸੰਘਰਸ਼ ਪੂਰੀ ਦੁਨੀਆ ਵਿੱਚ ਕਿਸਾਨੀ ਸੰਘਰਸ਼ ਦਾ ਨਾਮ ਆਏਗਾ ਉੱਥੇ ਤੁਹਾਡੇ ਵਰਗੇ ਚੈਨਲ ਵਾਲੀ ਵੀਰਾਂ ਭਰਾਵਾਂ ਦਾ ਨਾਮ ਸੁਨਹਿਰੀ ਅੱਖਰਾਂ ਤੇ ਲਿਖਿਆ ਜਾਏਗਾ ਕਿਉਂਕਿ ਸਵੇਰੇ ਜਿਹੜਾ ਗੰਦ ਗੋਦੀ ਮੀਡੀਆ ਪਾਉਂਦਾ ਸ਼ਾਮ ਨੂੰ ਤੁਹਾਡੇ ਵਰਗੇ ਚੈਨਲ ਜਿਹੜੇ ਨੇ ਸਚਾਈ ਗਰਾਊਂਡ ਲੈਵਲ ਦੀ ਦਿਖਾ ਕੇ ਉਹ ਜਿਹੜਾ ਹੈ ਉਹ ਸਾਡੀ ਸਚਾਈ ਉਹ ਗੰਦ ਨੂੰ ਧੋ ਦਿੰਦੇ ਨੇ ਤੇ ਦੂਜੀ ਗੱਲ ਜਿਹੜੀ ਲੰਗਰਾਂ ਦੀ ਗੱਲ ਹੈ ਦੇਖੋ ਇਹ ਤਾਂ ਗੁਰੂ ਨਾਨਕ ਪਾਸ਼ਾ ਜਦੋਂ ਕੇਰਲਾ 'ਚ ਫਲੱਡ ਆਏ ਉਦੋਂ ਲੰਗਰ ਲਾਇ ਸਿੱਖਾਂ ਨੇ ਉਦੋਂ ਉਦੋਂ ਨੇ ਆਤੰਗਵਾਦੀ ਨਜ਼ਰ ਆਏ ਸੀ ਜਦੋਂ ਕਰੋਨਾ ਦਾ ਦੌਰ ਆਇਆ ਅਸੀਂ ਉਦੋਂ ਲੰਗਰ ਵੰਡੇ ਖਾਲਸਾ ਦੇ ਵਾਂਗੇ ਵੰਡੇ ਕੀ ਉਦੋਂ ਨਹੀਂ ਕਰੋਨਾ ਦਾ ਦੌਰ ਇਹਨਾਂ ਨੂੰ ਨਜ਼ਰ ਆਈ ਵੀ ਆਤੰਗਵਾਦੀ ਨੇ ਔਰ ਜੇ ਵੀਰ ਟੈਰਰਿਸਟ ਜੇ 올 ਫਾਰਮਰ ਆ ਟੈਰਰਿਸਟ ਜੇ ਇੰਡੀਆ ਦੀ ਨੈਸ਼ਨਲ ਸਿਕਿਉਰਿਟੀ ਨੂੰ ਜੇਕਰ ਕੋਈ ਖਤਰਾ ਹੈ ਤੇ ਸਰ ਜਾਓ ਗੋਲੀਆਂ ਟੈਂਕ ਤੁਹਾਡੇ ਕੋਲ ਨੇ ਜਾਓ ਭੁੰਦਿਓ ਸਾਰਿਆਂ ਨੂੰ ਇੱਕ ਆਤੰਗਵਾਦੀ ਕਿਸੇ ਸ਼ਹਿਰ ਚ ਵੜ ਜੇ ਤੇ ਪੂਰਾ ਸ਼ਹਿਰ ਸੀਲ ਹੋ ਜਾਂਦਾ ਹੈ ਤੇ ਉੱਥੇ ਤੇ ਲੱਖਾਂ ਆਤੰਗਵਾਦੀ ਬੈਠੇ ਨੇ ਫਿਰ ਤੁਸੀਂ ਆਪਣੀ ਲਾ ਦਿਓ ਆਰਮੀ ਤੇ ਮਰਵਾ ਦਿਓ ਟੈਂਕਾਂ ਗੋਲੀਆਂ ਦੇ ਨਾਲ ਛੱਡ ਦਿਓ ਇੱਕ ਬਫਰੇ ਦੀ ਤੋਪ ਛੱਡ ਦਿਓ ਇੱਕ ਰਾਕੇਟ ਸਾਰੇ ਉੱਥੇ ਮਿੱਟੀ ਹੋ ਜਾਣ ਸੋ ਇਸ ਕਰਕੇ ਇਹ ਗੰਦੀਆਂ ਹਰਕਤਾਂ মিডিਆ ਨੇ ਕੀਤਾ ਪਰ ਤੁਸੀਂ ਹੁਣ ਦੇਖੋ ਜੀਉ ਦਿਖਾ ਰਿਹਾ ਉਹਨਾਂ ਵਿੱਚ ਐਡੀ ਐਡੇ ਗੱਟਸ ਨਹੀਂ ਹੈ ਵੀ ਆਪਣੇ ਚੈਨਲ ਦਾ ਲੋਗੋ ਲਗਾ ਕੇ ਉਹ ਲੋਕਾਂ ਦੇ ਵਿੱਚ ਆ ਜਾਣ ਕਿਉਂਕਿ ਜੇ ਪੱਲੇ ਹੋਵੇ ਸੱਚ ਤੇ ਕੋਠੇ ਚੜਕੇ ਨਾਚ ਤੁਸੀਂ ਸ਼ਰਮ ਉੱਤੇ ਲੋਕਾਂ 'ਚ ਘੁੰਮਦੇ ਹੋ ਉਹ ਆਪਣੇ ਲੋਗੋ ਲਾ ਕੇ ਆਉਂਦੇ ਨੇ ਪਰ ਲੋਗੋ ਲਾ ਕੇ ਵੀ ਆਉਂਦੇ ਤਾਂ ਵੀ ਲੋਕੀ ਛਿੱਤਰਾਂ ਦੇ ਨਾਲ ਉਹਨਾਂ ਨੂੰ ਭਜਾਉਂਦੇ ਨੇ ਵਿਰੋਧ ਕਰ ਰਹੇ ਨੇ ਸੋ ਜਿਹੜੀ ਸੱਚਾਈ ਹੈ ਕਹਿੰਦੇ ਨੇ ਉੱਗਣ ਵਾਲੇ ਉਗ ਪੈਂਦੇ ਨੇ چیر ਕੇ سینਾ ਪੱਥਰਾਂ ਦਾ ਸੋ ਇਸ ਕਰਕੇ ਇਹ ਸੱਚਾਈ ਨੂੰ ਲੁਕੋਇਆ ਨਹੀਂ ਜਾ ਸਕਦਾ ਤੇ ਬਾਕੀ ਜੇ ਬਰਾਤ ਨੂੰ 12 ਵਜੇ ਉੱਥੇ ਭੈਣਾ ਘੁੰਮਦੀਆਂ ਨੇ ਸੇਫ ਤੇ ਖਾਲਸਤਾਨੀ ਬੈਠੇ ਨੇ ਸੋ ਵੀ ਆਰ ਮੈਨੂੰ ਪ੍ਰਾਊਡ ਹੈ ਕਿ ਆਮ ਖਾਲਸਤਾਨੀ ਜੇ ਲੰਗਰ ਚ ਕਉਣਾ ਉਥੇ ਪਾਸੀਂ ਖਾਲਸਤਾਨੀ ਆ ਤਾਂ ਸਾਨੂੰ ਪ੍ਰਾਊਡ ਹੈ ਜੇ ਦਵਾਈਆਂ ਫ੍ਰੀ ਦੇਣੀਆਂ ਜੁੱਤੀਆਂ ਕੰਬਲ ਤਰਪਾਲਾਂ ਗਰਮ ਕੱਪੜੇ ਮਾਲਿਸ਼ਾਂ ਬਜ਼ੁਰਗਾਂ ਦੀਆਂ ਕਰ ਰਿਆਂ ਬਦਾਮ ਵੰਡਣੇ ਤੇ ਜੇਕਰ ਇਹ ਟੈਰਰਿਜ਼ਮ ਹੈ ਤੇ ਸਾਨੂੰ ਬੜੇ ਪ੍ਰਾਊਡ ਨਾਲ ਸੀ ਕਵਾਂਗੇ ਅਸੀਂ ਇਦਾਂ ਦੇ ਟੈਰਰਿਜ਼ਮ ਦੇ ਵਿੱਚ ਹੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨੀ ਚਾਹਾਂਗੇ ਤੁਹਾਡੇ ਵਰਗੇ ਸਰਕਾਰਾਂ ਦੀ ਜਿਹੜੀ ਸੱਤਾ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਸ਼ਾਂਤਵਾਦੀ ਨਹੀਂ ਅਸੀਂ ਉਹ ਸ਼ਾਂਤਵਾਦੀ ਸਿਧਾਂਤ ਨਾਲ ਨਹੀਂ ਚੱਲਣਾ ਚਾਹਾਂਗੇ ਜਿਹਨੂੰ ਤੁਸੀਂ ਟੈਰਰਿਸਟ ਕਹਿੰਦੇ ਹੋ ਸਾਨੂੰ ਉਹ ਚੰਗਾ